ਸਤਿਗੁਰੂ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਿਕ ਪੂਰੀ ਕਾਇਨਾਤ ਸਾਰੇ ਸੰਸਾਰ ਦੇ ਸਾਂਝੇ ਗਰੀਬ ਨਿਵਾਸ ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਉਦਮ ਮਤ ਪ੍ਰਭ ਅੰਤਰਦਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਦੇ ਪਵਿੱਤਰ ਵਾਕਾਂ ਅਨੁਸਾਰ ਸਾਰੀ ਸੰਗਤ ਨੂੰ ਉਦਮ ਬਖਸ਼ਿਸ਼ ਕੀਤਾ ਹੈ। ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਭਾਗਾਂ ਵਾਲੇ ਜੀਵ ਹਨ ਜੋ ਰਜੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਕੁਝ ਛਿੰਨ ਗੁਰੂ ਦੇ ਲੇਖੇ ਲਾ ਰਹੇ ਨੇ। ਕਾਫੀ ਲੰਬੇ ਸਮੇਂ ਤੋਂ ਆਪ ਜੀ ਗੁਰਦਰਬਾਰ ਦੀਆਂ ਹਾਜ਼ਰੀਆਂ ਬੜੇ ਪ੍ਰੇਮ ਸਾਹਿਤ ਭਰ ਰਹੇ ਹੋ। ਕੁਝ ਸਮਾਂ ਆਪਣੇ ਹਿੱਸੇ ਵਿੱਚ ਆਇਆ ਹੈ, ਇਸ ਸਮੇਂ ਨੂੰ ਵੀ ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਥੋੜ੍ਹੇ ਸਮੇਂ ਤੋਂ ਬਹੁਤਾ ਲਾਭ ਲੈਣਾ ਹੈ। ਜਿੱਦਾਂ ਦਾ ਸਮਾਗਮ ਹੈ, ਜਿੱਦਾਂ ਦਾ ਪ੍ਰੋਗਰਾਮ ਹੈ, ਸੰਗਤ ਨੂੰ ਵੀ ਲਾਭ ਲੈਣਾ ਚਾਹੀਦਾ ਹੈ।
ਰੌਲੇ ਤੋਂ ਸੰਕੋਚ ਕਰੋ, ਮਨ ਬਿਰਤੀਆਂ ਇਕਾਗਰ ਕਰੋ ਤਾਂ ਤੇ ਥੋੜ੍ਹੇ ਸਮੇਂ ਤੋਂ ਬਹੁਤਾ ਲਾਭ ਆਪਾਂ ਹਾਸਲ ਕਰ ਸਕੀਏ। ਸਾਰੇ ਗੁਰਚਰਨਾਂ ਵਿੱਚ ਧਿਆਨ ਜੋੜੋ, ਜੇ ਤਨ ਬੈਠਾ ਹੈ ਤਾਂ ਕੋਸ਼ਿਸ਼ ਕਰੋ ਮਨ ਵੀ ਹਾਜ਼ਰ ਹੋਵੇ, ਕਿਉਂਕਿ ਇਹ ਸਤਸੰਗ ਦਾ ਜਿਹੜਾ ਘਰ ਹੈ, ਇਹ ਦਰ ਹੈ, ਇਹ ਨਿਰੰਕਾਰ ਦੇ ਘਰ ਵੱਲ ਜਾਂਦਾ। ਇੱਥੋਂ ਯਾਤਰਾ ਰੂਹਾਨੀਅਤ ਦੀ ਸ਼ੁਰੂ ਹੁੰਦੀ ਹੈ, ਰੂਹਾਨੀਅਤ ਦੀ ਅਧਿਆਤਮਕ ਆਤਮਕ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ। ਸੰਸਾਰ ਦੀ ਯਾਤਰਾ ਤਨ ਕਰਦਾ, ਤਨ ਦੀ ਯਾਤਰਾ ਪੂਰੀ ਹੋ ਜਾਂਦੀ ਹੈ ਪਰ ਮਨ ਦੀ ਯਾਤਰਾ ਅਧੂਰੀ ਰਹਿ ਜਾਂਦੀ ਹੈ। ਤਨ ਦੀ ਯਾਤਰਾ, ਤਨ ਬਚਪਨਾ, ਜਵਾਨ, ਬੁਢੇਪਾ ਅਤੇ ਸ਼ਮਸ਼ਾਨ, ਨਾ ਚਾਹੁੰਦੇ ਹੋਏ ਵੀ ਜੀਵ ਸ਼ਮਸ਼ਾਨ ਤੱਕ ਪਹੁੰਚ ਜਾਂਦਾ ਹੈ ਪਰ ਮਨ ਉੱਥੇ ਹੀ ਟਿਕਿਆ ਰਹਿੰਦਾ ਹੈ। ਮਨ ਨੇ ਆਪਣੀ ਯਾਤਰਾ ਸ਼ੁਰੂ ਹੀ ਨਹੀਂ ਕੀਤੀ। ਸਤਸੰਗ ਤੋਂ ਯਾਤਰਾ ਸ਼ੁਰੂ ਹੁੰਦੀ ਹੈ, ਸਤਸੰਗ ਦੇ ਵਿੱਚ ਤਨ ਬਹਿ ਜਾਂਦਾ, ਮਨ ਗੈਰ ਹਾਜ਼ਰ ਹੋ ਜਾਂਦਾ, ਕਿਉਂਕਿ ਤੇ ਮਨ ਦਾ ਵਿਸ਼ਾ ਨਾ। ਮਨ ਨੂੰ ਗੁਰੂ ਸਾਹਿਬ ਨੇ ਕਿਹਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਮਨ ਕਰਕੇ ਬਹਿ, ਤਨ ਕਰਕੇ ਇਹ ਮਨ ਹਰ ਜੀ ਧਿਆਏ ਤੂੰ ਧਿਆਏ, ਇੱਕ ਮਨ ਇੱਕ ਚਿੱਤ ਪਾਏ ਪਾਏ, ਫਿਰ ਕੀ ਹੋਏਗਾ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪੁੱਛੋ ਮਨ ਕਰਕੇ। ਤਨ ਦੀ ਯਾਤਰਾ ਸਮਾਪਤ ਨਾ ਚਾਹੁੰਦਿਆਂ ਵੀ ਹੋ ਗਈ, ਹੁਣ ਬੜਾ ਜੀ ਕਰਦਾ ਵੀ ਕਦੇ ਬਚਪਨਾ ਆ ਜੇ, ਜਵਾਨੀ ਆ ਜੇ, ਆਉਂਦੀ ਹੈ ਕਦੇ ਮੁੜ ਕੇ, ਫਿਰ ਥੋੜ੍ਹਾ ਲੰਘ ਗਿਆ ਸਮਾਂ। ਇਸ ਕਰਕੇ ਜਿੰਨਾ ਚਿਰ ਮਨ ਦੀ ਯਾਤਰਾ ਸ਼ੁਰੂ ਨਹੀਂ ਹੁੰਦੀ, ਮਨ ਆਤਮਾ ਤੱਕ ਜਾਂਦਾ ਹੈ, ਆਤਮਾ ਨੇ ਪਰਮਾਤਮਾ ਤੱਕ ਜਾਣਾ, ਮਨ ਨੇ ਪਰਮਾਤਮਾ ਤੱਕ ਪਹੁੰਚ ਬਣਾਉਣੀ ਹੈ ਅਤੇ ਜਦੋਂ ਪਰਮਾਤਮਾ ਤੱਕ ਚਲੇ ਗਏ ਤਾਂ ਫਿਰ ਜਨਮ ਮਰਨ ਸਾਡੀ ਯਾਤਰਾ ਸੰਪੂਰਨ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ। ਹੁਣ ਤਨ ਕੇਵਲ ਯਾਤਰਾ ਕਰਦਾ ਅਤੇ ਤਨ ਦੀ ਯਾਤਰਾ ਸੰਪੂਰਨ ਹੁੰਦੀ ਹੈ ਸ਼ਮਸ਼ਾਨ ਤੱਕ ਅਤੇ ਮਨ ਦੀ ਯਾਤਰਾ ਹੋਣੀ ਹੈ ਨਿਰੰਕਾਰ ਤੱਕ, ਭਗਵਾਨ ਤੱਕ ਜਾ ਕੇ ਸਮਾਪਤ ਹੋਣੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੋ ਸਾਰੇ, ਜੇ ਤਨ ਬੈਠਾ ਮਨ ਵੀ ਬੈਠੇ, ਸਾਰੇ ਹਾਜ਼ਰ ਹੋਵੋ। ਵਾਹਿਗੁਰੂ 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 ਸਾਰੀ ਸੰਗਤ ਵਾਹਿਗੁਰੂ ਸਾਰੇ ਲਾਹਾ ਲਓ ਵਾਹਿਗੁਰੂ 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 ਆਓ ਹੁਣ ਅੰਤਰ ਗੁਰ ਅਰਾਧਨਾ ਜਿਹ ਵਾ ਜਪ ਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸਰਵਨੀ ਸੁਣਨਾ ਫਿਰ ਕੀ ਹੋਏਗਾ ਸਤਿਗੁਰ ਸੇਤੀ ਦਰਗਹਿ ਪਾਈਏ ਦਰਗਾਹ ਵਿੱਚ ਜਗ੍ਹਾ ਚਰਨਾਂ ਵਿੱਚ ਜਗ੍ਹਾ ਮਿਲ ਜਾਏਗੀ ਇਸ ਤਰੀਕੇ ਨਾਲ ਰੱਤੇ ਜਾਈਏ ਇਸ ਕਰਕੇ ਜੁੜ ਕੇ ਬੈਠੋ ਸਾਰੇ ਹੁਣ ਧਿਆਨ ਦਿਓ ਇਹ ਦਰ ਹੈ ਜਿਹੜਾ ਬਖਸ਼ਿਸ਼ ਦਾ ਘਰ ਹੈ ਬਹੁਤ ਬਖਸ਼ਿਸ਼ਾਂ ਇੱਥੋਂ ਮਿਲਦੀਆਂ ਨੇ ਅਤੇ ਬਖਸ਼ਿਸ਼ਾਂ ਲੈਣ ਵਾਲਾ ਜਿਹੜਾ
ਉਹਦੇ ਕੋਲ ਪਾਤਰ ਤਿਆਰ ਹੋਣਾ ਚਾਹੀਦਾ। ਖੱਪਰ ਚਿੱਪੀ ਵੀ ਹੁੰਦੀ ਹੈ, ਸਾਧੂਆਂ ਕੋਲ ਖੱਪਰ ਵੀ ਹੁੰਦਾ ਹੈ, ਪਾਤਰ ਬਰਤਨ। ਬਖਸ਼ਿਸ਼ਾਂ ਸਦਾ ਹੀ ਮਿਲਦੀਆਂ ਨੇ, ਖੁੱਲ੍ਹੇ ਦਾਦਾ ਖੁੱਲ੍ਹੇ ਭੰਡਾਰੇ ਨੇ, ਕੋਈ ਲੈਣ ਵਾਲਾ ਹੋਵੇ ਤਾਂ ਮਿਲਦੀਆਂ ਨੇ। ਜਦੋਂ ਬਖਸ਼ਿਸ਼ ਲੈਣੀ ਹੈ ਤਾਂ ਜੀਵ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਹੈ, ਕਿੱਦਾਂ ਦੀ ਨਿਮਰਤਾ, ਕਿੱਦਾਂ ਦਾ ਨਿਮਾਣਾਪਨ, ਕਿੱਦਾਂ ਦੀ ਗਰੀਬੀ ਹੋਣੀ ਚਾਹੀਦੀ ਹੈ। ਕੋਈ ਗਰੀਬ ਹੈ, ਕੋਈ ਨਹੀਂ ਪੁੱਛਦਾ, ਕੋਈ ਨਹੀਂ ਜਾਣਦਾ। ਬਾਬਾ ਜੀ ਕਹਿੰਦੇ ਆਹ ਦਰਦਾ ਭਿਖਾਰੀ ਬਣ ਜੇ ਅੰਮ੍ਰਿਤ ਵੇਲੇ ਉੱਠ ਕੇ। ਜਿਹੜਾ ਆਹ ਦਰਦਾ ਭਿਖਾਰੀ ਬਣ ਗਿਆ, ਗੁਰੂ ਨਾਨਕ ਦੇ ਘਰ ਦਾ ਪੁਜਾਰੀ ਤੇ ਭਿਖਾਰੀ ਬਣ ਗਿਆ, ਦੁਨੀਆਂ ਦੇ ਤਖਤੇ ਤੇ ਉਹ ਬਾਦਸ਼ਾਹ ਬਣ ਜਾਏਗਾ। ਅੰਮ੍ਰਿਤ ਵੇਲੇ ਉੱਠੇ, ਇੱਥੋਂ ਦਾ ਭਿਖਾਰੀ ਬਣੇ, ਆਹ ਦਰ ਡਿੱਗੇ ਆ ਢਵੇ ਆ, ਇਹ ਦਰ ਐਸਾ ਹੈ। ਤੇ ਦਰ ਤੇ ਆਉਣ ਦੇ ਤਰੀਕੇ ਗੁਰੂ ਸਾਹਿਬ ਨੇ ਦੱਸੇ ਨੇ। ਜਿਹਨੂੰ ਜਾਂਚ ਆ ਗਈ ਇੱਥੇ ਢਹਿਣ ਦੀ, ਡਿੱਗਣ ਦੀ, ਉਹ ਫਿਰ ਇੱਥੋਂ ਖਾਲੀ ਨਹੀਂ ਮੁੜਦਾ, ਮਿਲੇਗਾ। ਲੋਕ ਵੀ ਸੁਖੀ ਹੋਏਗਾ ਤੇ ਪਰਲੋਕ ਵੀ ਸੁਹੇਲਾ ਹੋਏਗਾ, ਦੋਨੇ ਦਾਤਾਂ ਇੱਥੋਂ ਮਿਲਦੀਆਂ ਨੇ। ਤੇ ਭਾਈ ਗੁਰਦਾਸ ਜੀ ਨੇ ਇਸ ਦਰ ਦੀ ਮਹਿਮਾ ਕੀਤੀ ਹੈ, ਮੋਸੋ ਨਾ ਨਾਥ ਅਨਾਥ ਨਾ ਤੋਸਰ, ਮੇਰੇ ਵਰਗਾ ਲਵਾਰਸ ਕੋਈ ਨਹੀਂ ਤੇ ਤੇਰੇ ਵਰਗਾ ਸਹਾਰਾ ਕੋਈ ਨਹੀਂ। ਮੇਰੀ ਭਟਕਣਾ ਹੈ ਕਿਉਂਕਿ ਮੇਰਾ ਹੈ ਹੀ ਕੋਈ ਨਹੀਂ, ਪਰ ਤੇਰੇ ਵਰਗਾ ਗੁਰੂ ਮਿਲ ਜਾਏ ਤੇ ਹੋਰ ਉਹਨੇ ਕਿਸੇ ਤੋਂ ਲੈਣਾ ਵੀ ਕੀ ਹੈ। ਮੋਸੋ ਨਾ ਨਾਥ ਅਨਾਥ ਨਾ ਤੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਨੀ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ ਕੋਈ ਨਹੀਂ। ਤੂੰ ਬਹੁਤ ਦਾਤਾ ਹੈ ਤੇ ਮੈਂ ਮੰਗਤਾ ਹੈ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਗਰੀਬ ਕੋਈ ਨਹੀਂ। ਇਉਂ ਕਹਿਣਾ ਇੱਥੇ ਆ, ਮੇਰੇ ਵਰਗਾ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਗਰੀਬਾਂ ਤੇ ਦਇਆ ਕਰਨ ਵਾਲਾ ਕੋਈ ਨਹੀਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਮੇਰੇ ਵਰਗਾ ਦੀਨ ਗਰੀਬ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਆਪ ਤਿਆਰ ਕਿਆ ਕੀਜੇ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨੀ ਨਾ ਤੋਸੋ ਵਿਚਾਰੀ, ਮੇਰੇ ਵਰਗਾ ਅੰਨਾ ਬੰਦਾ ਕੋਈ ਨਹੀਂ, ਅਗਿਆਨੀ ਕੋਈ ਨਹੀਂ। ਮੈਂ ਅਗਿਆਨੀ ਹੈ ਤੇ ਤੁਸੀਂ ਗਿਆਨਵਾਨ ਹੋ, ਫਰਕ ਬੜਾ ਹੈ, ਬਹੁਤ ਫਰਕ ਹੈ। ਮੋਸੋ ਨਾ ਪਤਤ ਨਾ ਪਾਵਨ ਨਾ ਤੋਸਰ, ਮੈਂ ਪਵਿੱਤਰ ਤੇ ਤੁਸੀਂ ਪਵਿੱਤਰ, ਤੁਸੀਂ ਬੜੇ ਪਵਿੱਤਰ ਹੋ ਤੇ ਮੈਂ ਬਹੁਤ ਮਲੀਨ ਹਾਂ, ਬਹੁਤ ਮਲੀਨ ਹਾਂ। ਮੈਂ ਪਵਿੱਤਰ ਤੁਸੀਂ ਪਵਿੱਤਰ, ਮੋਸੋ ਨਾ ਪਵਿੱਤਰ ਤੋਸੋ ਨਾ ਪਵਿੱਤਰ, ਮੋਰੇ ਹੈ ਅਵਗਨ ਤੂੰ ਗੁਣ ਸਾਗਰ, ਜਾਤ ਦਾ ਸਾਤਲ ਓਟ ਤੁਹਾਰੀ, ਮੇਰੇ ਮੈਂ ਅਵਗਣਾਂ ਦਾ ਭਰਿਆ ਹੋਇਆ ਤੇ ਤੁਸੀਂ ਸਤਿਗੁਰੂ ਜੀ ਗੁਣਾਂ ਦੇ ਸਾਗਰ ਹੋ। ਹਮ ਅਵਗਣ ਭਰੇ ਏਕ ਗੁਣ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਜਿਵੇਂ ਪਾਣੀ ਨਾਲ ਨੀਰ ਨਾਲ ਸਾਗਰ ਭਰਿਆ ਹੋਇਆ ਹੈ, ਗਰੀਬ ਨਵਾਜ ਇੰਨੇ ਅਵਗਣ ਨੇ ਮੇਰੇ ਵਿੱਚ, ਇੰਨੇ ਅਵਗਣ। ਜੇਤਾ ਸਮੁੰਦ ਸਾਗਰ ਨੀਰ ਧਰਿਆ ਭਰਿਆ, ਤੇਤੇ ਅਵਗਣ ਹਮਾਰੇ, ਪਰ ਜੇ ਤੇਰੀ ਦਇਆ ਹੋ ਜੇ, ਜੇ ਤੇਰੀ ਬਖਸ਼ਿਸ਼ ਹੋ ਜੇ, ਤੇਰੀ ਕਿਰਪਾ ਹੋ ਜੇ, ਫੇਰ ਜੇਤਾ ਸਮੁੰਦ ਸਾਗੁਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਤੇ ਮੇਰੇ ਵਰਗੇ ਪੱਥਰ ਨੂੰ ਤਰਨ ਲੱਗਿਆ ਫਿਰ ਮਿੰਟ ਵੀ ਨਹੀਂ ਲੱਗਣਾ, ਕਿਰਪਾ ਹੋ ਜਾਣੀ, ਕਿਉਂਕਿ ਤੁਸੀਂ ਬੜੇ ਵੱਡੇ ਵੱਡੇ ਭਾਰੇ ਪੱਥਰ ਤਾਰੇ ਨੇ, ਬੜਿਆਂ ਤੇ ਕਿਰਪਾ ਕੀਤੀ ਹੈ, ਮੇਰੇ ਤੇ ਵੀ ਕਰੋ। ਏਦਾਂ ਦਾ ਜੇਕਰ ਦੇਖੇ ਐਬ ਗੁਰੂ ਜੀ ਹੈ ਨਹੀਂ ਕੋਈ ਥਾਂ, ਜਿਤਨੇ ਰੋਮ ਸਰੀਰ ਕੇ ਉਸ ਤੋਂ ਵੱਧ ਗੁਣਾ। ਜਿੰਨੇ ਮੇਰੇ ਰੋਮ ਨੇ, 7 ਕਰੋੜ ਰੋਮ ਕਥਨ ਕੀਤਾ, ਇਹਨਾਂ ਦੀ ਤੇ ਗਿਣਤੀ ਹੋ ਸਕਦੀ ਹੈ, ਪਰ ਮੇਰੇ ਜਿੰਨੇ ਔਗਣ ਨੇ ਉਹਦੀ ਗਿਣਤੀ ਕੋਈ ਨਹੀਂ, ਬਹੁਤ ਔਗਣ ਨੇ।
ਸੱਚੇ ਪਾਤਸ਼ਾਹ ਇੰਨੇ ਔਗਣਾਂ ਦਾ ਭਰਿਆ ਹੋਇਆ ਤੇਰੇ ਦਰ ਤੇ ਆ ਗਿਆ ਤੇ ਜੇ ਮੇਰਾ ਲੇਖਾ ਜੋਖਾ ਕਰੋਗੇ ਤੇ ਮੇਰਾ ਪਾਰ ਉਤਾਰਾ ਥੋੜਾ ਹੋਣਾ ਕਿਤੇ ਮੇਰਾ ਪਾਰ ਉਤਾਰਾ ਨੀ ਜੇਕਰ ਦੇਖੇ ਐਬ ਗੁਜੂ ਐਬ ਗੁਰੂ ਜੀ ਹੈ ਨਹੀਂ ਕੋਈ ਥਾਂ ਜਿਤਨੇ ਰੋਮ ਸਰੀਰ ਕੇ ਉਸ ਤੋਂ ਵੱਧ ਗੁਨਾਹੋਂ ਖੋਲ ਨਾ ਦਫ਼ਤਰ ਐਬਾਂ ਵਾਲੇ ਦਰ ਤੋਂ ਧੱਕ ਨਾ ਮੈਨੂੰ ਜੇ ਮੇਰੇ ਵਿੱਚ ਐਬ ਨਾ ਹੁੰਦੇ ਤੈਂ ਬਖਸ਼ੰਦਾ ਬਾਬਾ ਦੇਖ ਨਾ ਲੇਖ ਮੱਥੇ ਦੇ ਮੇਰੇ ਕਰਮਾਂ ਤੇ ਨਾ ਜਾਮੀ ਰਹਿਮਤ ਦੀ ਫੜ ਕਾਨੀ ਬਾਬਾ ਲੀਕ ਇਹਨਾਂ ਤੇ ਲਾਮੀ ਤੂੰ ਬਖਸ਼ ਲੈ ਤੇ ਕਿਰਪਾ ਹੋ ਜਾਣੀ ਹੈ ਦੀਨ ਬਣ ਕੇ ਗਰੀਬ ਬਣ ਕੇ ਆਹ ਦਰ ਤੇ ਜਿਹੜਾ ਆਉਂਦਾ ਤੇ ਇਸ ਦਰ ਦੀ ਖੁਸ਼ਾਮਦ ਹੈ ਇਸ ਦਰ ਦੀ ਵਡਿਆਈ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਤੇ ਸਾਰੇ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਜੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਤੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਬੋਲੋ ਭੈਣਾਂ ਭੈਣਾਂ ਬੋਲੋ ਸਾਰੀਆਂ ਆਹਾ ਡੁੱਬਦੇ ਪੱਥਰਾਂ ਨੂੰ ਤਾਰਨ ਪੱਥਰਾਂ ਨੂੰ ਤਾਰਨ ਵਾਲਿਆ ਪੱਥਰਾਂ ਨੂੰ ਤਾਰਨ ਵਾਲਿਆ ਪੱਥਰਾਂ ਨੂੰ ਤਾਰਨ ਵਾਲਿਆ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਪੱਥਰਾਂ ਨੂੰ ਤਾਰਨ ਵਾਲਿਆ ਪੱਥਰਾਂ ਨੂੰ ਤਾਰਨ ਵਾਲਿਆ ਪੱਥਰਾਂ ਨੂੰ ਤਾਰਨ ਵਾਲਿਆ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਡੁੱਬਦੇ ਮਿਲ ਕੇ ਪੈਣਾ ਵਾਹ ਜੀ ਵਾਹ ਭਾਈ ਵੀ ਬੋਲੋ ਗਰੀਬ ਬਣ ਕੇ ਨਿਵਾਣੇ ਬਣ ਕੇ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਕੋਈ ਮਤ ਨਹੀਂ ਕੋਈ ਬੁੱਧ ਨਹੀਂ ਰੁਲਦੇ ਫਿਰਦੇ ਕੋਈ ਸਾਰਾ ਨਹੀਂ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਕਿਹੜਾ ਪੁੱਛਦਾ ਰੁਲਦੇ ਫਿਰਦੇ ਆ ਦੁਨੀਆਂ ਏਦਾਂ ਦੇ ਸੰਗਤ ਕਰਨ ਦਾ ਤਰੀਕਾ ਆਪਣੀ ਮਤ ਲੈ ਕੇ ਨਹੀਂ ਆਉਣੀ ਗੁਰੂ ਦੀ ਮਤ ਲੈਣੀ ਆਪਣੀ ਮਤ ਤੇ ਛੱਡ ਦੇਣੀ ਫਿਰ ਫਲ ਲੱਗਦਾ ਹੈ ਕਿਰਪਾ ਹੁੰਦੀ ਹੈ ਆਓ ਸਮੇਂ ਦੇ ਮੁਤਾਲਕ ਲਾਹੌਰ ਦੇ ਵਿੱਚ ਚੂਨਾ ਮੰਡੀ ਲਾਹੌਰ ਇੱਥੇ ਦੰਪਤੀ ਜੋੜਾ ਰਹਿੰਦਾ ਪਤੀ ਪਤਨੀ ਕਹਿ ਲਓ ਦੋ ਰਹਿੰਦੇ ਨੇ ਉਮਰ ਵਡੇਰੀ ਹੁੰਦੀ ਜਾਂਦੀ ਹੈ ਪਰ ਇੱਕ ਭੁੱਖ ਹੁੰਦੀ ਹੈ ਪੈਣਾਂ ਦੇ ਅੰਦਰ ਜਿਹੜੀ ਬੱਚੀ ਕਦੇ ਧੀ ਬਣੀ ਅੱਜ ਪਤਨੀ ਬਣੀ
ਨੂੰਹ ਬਣੀ ਤੇ ਹੁਣ ਇੱਛਾ ਮਨ ਵਿੱਚ ਇਹ ਹੈ ਮੈਂ ਮਾਂ ਬਣਾ। ਪਰ ਨਾਲ ਗੱਲ ਇਹ ਵੀ ਹੈ ਵੀ ਹਰ ਇੱਕ ਨੂੰ ਮਾਂ ਬਣਨ ਦਾ ਸੁਭਾਗ ਪ੍ਰਾਪਤ ਨਹੀਂ ਹੁੰਦਾ, ਹਰ ਇੱਕ ਨੂੰ ਨਹੀਂ ਹੁੰਦਾ। ਰਾਜੇ ਦੇ 100 ਰਾਣੀਆਂ ਇੱਕ ਅੱਧ ਸੰਡ ਵਿਚਾਰੀ, ਇੱਕ ਅੱਧੀ ਰਹਿ ਜਾਂਦੀ ਹੈ ਵਿਚਾਰੀ ਇੱਦਾਂ ਦੀ ਜਿਹਦੇ ਬੱਚਾ ਨਹੀਂ ਹੁੰਦਾ। ਤੇ ਜੇ ਜਦੋਂ ਬੱਚੇ ਦਾ ਜਨਮ ਹੁੰਦਾ ਨਾ, ਪੁੱਤਰ ਦਾ ਜਨਮ ਹੁੰਦਾ ਹੈ, ਪੁੱਤਰ ਦਾ ਜਨਮ ਹੁੰਦਾ ਤੇ ਨਾਲ ਨਾਲ ਮਾਂ ਸ਼ਬਦ ਦਾ ਵੀ ਜਨਮ ਹੁੰਦਾ ਹੈ। ਮਾਂ ਹੁਣ ਕਈ ਭੈਣਾਂ ਤਰਸ ਰਹੀਆਂ ਨੇ ਕੋਈ ਸਾਨੂੰ ਵੀ ਮਾਂ ਕਹੇ। ਮਾਂ ਬੜਾ ਪਿਆਰਾ ਸ਼ਬਦ ਹੈ। ਬੱਚਾ ਜਦੋਂ ਬੋਲਦਾ ਹੈ ਸਭ ਤੋਂ ਪਹਿਲਾਂ ਉਹਦੀ ਜ਼ੁਬਾਨ ਦਾ ਸ਼ਬਦ ਹੁੰਦਾ ਮਾਂ। ਕੋਈ ਤਕਲੀਫ ਵਿੱਚ, ਪਰੇਸ਼ਾਨੀ ਵਿੱਚ ਜਦੋਂ ਬੱਚਾ ਹੁੰਦਾ, ਕੋਈ ਵੀ ਹੁੰਦਾ, ਵਡੇਰਾ ਵੀ ਹੁੰਦਾ ਤਕਲੀਫ ਵਿੱਚ ਹੋਵੇ ਤੇ ਫਿਰ ਵੀ ਜ਼ੁਬਾਨ ਚੋਂ ਨਿਕਲਦਾ ਮਾਂ। ਮਾਂ ਇੰਨਾ ਪਿਆਰਾ ਤੇ ਮਿੱਠਾ ਹੈ ਤੇ ਉਹ ਭੈਣ ਦੀ ਇੱਛਾ ਹੁੰਦੀ ਹੈ ਹਰ ਇੱਕ ਭੈਣ ਦੀ ਕਿ ਮੈਂ ਮਾਂ ਬਣਾ। ਪਰ ਕਈ ਭਾਗਣਾ ਵਿਚਾਰੀਆਂ ਨਹੀਂ ਮਾਂ ਬਣ ਸਕਦੀਆਂ, ਬਥੇਰੀਆਂ ਨੇ। ਤੇ ਵਿਦਵਾਨ ਲੋਕਾਂ ਨੇ ਕਥਨ ਕੀਤਾ, ਮਾਵਾਂ ਭਾਵੇਂ ਹੋਵਣ ਪਰੀਆਂ ਨਾਲ ਹੋਸ਼ਣ ਦੇ ਡੱਕ ਡੱਕ ਭਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇਕਰ ਗੱਲ ਲਾਲਾਂ ਦਾ ਹਾਰ ਨਾ ਹੋਵੇ। ਬਾਕੀ ਭਾਵੇਂ ਜਿੰਨਾ ਮਰਜ਼ੀ ਧਨ ਦੌਲਤ ਜਾਇਦਾਦ ਸੰਪਤੀ ਹੈ, ਪਰ ਜੇ ਪੁੱਤਰ ਰੂਪੀ ਲਾਲ ਤੁਹਾਡੀ ਗੋਦ ਵਿੱਚ ਨਹੀਂ ਤੇ ਬਾਕੀ ਦੀਆਂ ਸਾਰਾ ਕੁਛ ਫਿੱਕਾ ਲੱਗਦਾ, ਝੂਠਾ ਲੱਗਦਾ। ਪੁੱਤ ਤੋਂ ਬਿਨਾਂ ਕੁਛ ਠੀਕ ਨਹੀਂ ਲੱਗਦਾ, ਕੁਛ ਚੰਗਾ ਨਹੀਂ ਲੱਗਦਾ। ਪੁੱਤਰ ਹੋਣਾ ਬਹੁਤ ਜ਼ਰੂਰੀ, ਅੱਤ ਲੋੜੀਂਦਾ। ਹੁਣ ਉਮਰ ਵਡੇਰੀ ਹੁੰਦੀ ਜਾਂਦੀ ਹੈ ਪਰ ਬੱਚਾ ਕੋਈ ਨਹੀਂ। ਤੇ ਕੋਈ ਸਾਧੂ ਆ ਜੇ, ਫਕੀਰ ਆ ਜੇ, ਤਰਲਾ ਕਰਦੇ ਨੇ, ਬਾਬਾ ਜੀ ਸਾਡੇ ਤੇ ਵੀ ਕਿਰਪਾ ਕਰੋ, ਅਰਦਾਸ ਕਰੋ, ਲੰਗਰ ਪਾਣੀ ਪ੍ਰਸ਼ਾਦਾ ਛਕਾਈ ਦੇ ਵੀ ਕਿਰਪਾ ਕਰੋ, ਸਾਡੀ ਜੜ ਲੱਗ ਜਾਏ, ਸਾਡਾ ਵੀ ਨਾਂ ਰਹੇ। ਤੇ ਉਹ ਭਾਗਾਂ ਵਾਲਾ ਸਮਾਂ ਆਇਆ, ਇਸ ਘਰ ਦੇ ਵਿੱਚ ਇੱਕ ਬਾਲਕ ਨੇ ਜਨਮ ਲਿਆ। ਪਹਿਲ ਪਲੇਠੀ ਦਾ ਹੋਣ ਕਰਕੇ ਇਹਦਾ ਨਾਮ ਪਰਿਵਾਰ ਨੇ, ਪਿਤਾ ਹਰਦਾਸ ਜੀ ਨੇ, ਮਾਂ ਦਇਆ ਕੌਰ ਨੇ ਇਸ ਬਾਲਕ ਦਾ ਨਾਮ ਭਾਈ ਜੇਠਾ ਰੱਖਿਆ। ਭਾਈ ਜੇਠਾ ਰੱਖਿਆ ਕਿਉਂਕਿ ਪਹਿਲ ਪਲੇਠੀ ਦਾ ਸੀ, ਪਹਿਲਾ ਸੀ, ਇਸ ਕਰਕੇ ਇਹਦਾ ਨਾਮ ਭਾਈ ਜੇਠਾ ਰੱਖਿਆ। ਬੜੇ ਚਾਵਾਂ ਨੇ, ਬੜੇ ਚਾਅ ਨੇ, ਬੜੀਆਂ ਖੁਸ਼ੀਆਂ ਨੇ, ਬੜੇ ਪ੍ਰੇਮ ਨਾਲ ਪਰਵਰਿਸ਼ ਹੋ ਰਹੀ ਹੈ, ਪਰ ਖੁਦਾ ਨੂੰ, ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ। ਥੋੜ੍ਹਾ ਸਮਾਂ ਲੰਘਿਆ ਕਿ ਇਹਨਾਂ ਦੇ ਪਿਤਾ ਹਰਦਾਸ, ਬਾਬਾ ਹਰਦਾਸ ਕਹਿ ਲਓ, ਥੋੜ੍ਹਾ ਸਮਾਂ ਲੰਘਿਆ ਕਿ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ। ਦੁਨੀਆਂ ਦੇ ਰਿਸ਼ਤਿਆਂ ਦੇ ਵਿੱਚ ਮਾਂ ਦਾ ਰਿਸ਼ਤਾ ਹੈ, ਭਰਾ ਦਾ ਰਿਸ਼ਤਾ ਹੈ, ਜਿੱਥੇ ਭਰਾ ਦਾ ਰਿਸ਼ਤਾ ਹੈ ਉੱਥੇ ਬਾਪ ਦਾ ਰਿਸ਼ਤਾ ਹੈ। ਮਾਂ ਚਲੀ ਜਾਏ ਤੇ ਆਪਾਂ ਕਹਿੰਦੇ ਇਹਦੇ ਤੇ ਸਿਰ ਤੋਂ ਛਾਂ ਉੱਠ ਗਈ, ਕਿਉਂਕਿ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ। ਲਿਖਿਆ, ਮਾਂ ਜਿਹਾ ਤਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਈ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਮਾਂ ਉੱਠ ਜਾਏ, ਕਹਿੰਦੇ ਛਾਂ ਉੱਠ ਗਈ, ਭਰਾ ਚਲਾ ਜਾਏ ਤੇ ਕਹਿੰਦੇ ਬਾਂਹ ਟੁੱਟ ਗਈ। ਭਰਾ ਬਾਹਾਂ ਹੁੰਦੀਆਂ ਨੇ ਤੇ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ। ਭਰਾ ਟੁੱਟ ਜਾਏ ਤੇ ਭਰਾ ਚਲਾ ਜਾਏ ਤੇ ਕਹਿੰਦੇ ਬਾਂਹ ਟੁੱਟ ਗਈ। ਸੱਜੀ ਖੱਬੀ ਬਾਂਹ ਹੁੰਦੀ ਹੈ, ਭਰਾਵਾਂ ਭਾਈਆਂ ਬਾਜ ਨਾ ਜੋੜੀਆਂ ਫਬਦੀਆਂ ਨੇ। ਸੁਣਿਓ, ਭਾਈਆਂ ਬਾਜ ਨਾ ਜੋੜੀਆਂ ਫਬਦੀਆਂ ਨੇ, ਭਾਵੇਂ ਪਿੱਛੇ ਸ਼ਰੀਕਾਂ ਦੀ ਕੰਧ ਹੋਵੇ। ਭਾਈਆਂ ਤੋਂ ਬਿਨਾਂ ਦੋ ਭਰਾ ਖੜੇ ਹੋਣ, ਕਿਆ ਬਾਤਾਂ ਨੇ, ਇੱਕ ਪਾਸੇ ਪਿੰਡ ਹੋ ਜਾਏ, ਦੋ ਭਰਾ ਇੱਕ ਪਾਸੇ ਖੜੇ ਹੋਣ, ਹਿੰਮਤ ਨਹੀਂ ਪਏਗੀ ਕਿਸੇ ਦੇ ਭਰਾਵਾਂ ਦਾ। ਤੇ ਜੇ ਮਾਂ ਠੰਡੀ ਛਾਂ ਏ, ਭਰਾ ਸੱਜੀ ਖੱਬੀ ਬਾਂਹ ਏ, ਤੇ ਪਿਤਾ ਬਾਪੂ ਪਾਰਜਾਤ ਰੁੱਖ ਹੈ। ਕਲਪਨਾ ਕੀਤੀਏ, ਕਹਿੰਦੇ ਪਾਰਜਾਤ ਰੁੱਖ ਇੰਦਰ ਦੇ ਵਿਹੜੇ ਚ ਲੱਗਿਆ, ਉਹ ਰੁੱਖ ਦੇ ਥੱਲੇ ਖੜ ਕੇ ਤੁਸੀਂ ਜੋ ਮੰਗੋਗੇ ਉਹ ਮਿਲ ਜਾਏਗਾ। ਪਾਰਜਾਤ ਰੁੱਖ ਉਹਦੇ ਥੱਲੇ ਖੜ ਕੇ ਤੁਸੀਂ ਜੋ ਮੰਗੋਗੇ ਉਹ ਮਿਲ ਜਾਏਗਾ।
ਤੇ ਕਹਿੰਦੇ ਬਾਪੂ ਉਹ ਪਾਰਦਤ ਰੁੱਖ ਹੈ, ਬਾਪੂ ਤੋਂ ਜੋ ਮੰਗੋਗੇ ਉਹ ਮਿਲ ਜਾਏਗਾ। ਕਈ ਤੇ ਲਿਖਿਆ ਨਾ ਬਾਪੂ ਬਾਪੂ ਕਹਿੰਦੇ ਸੀ ਬੜੇ ਸੁਖਾਲੇ, ਬਾਪੂ ਅਖਵਾਇਆ ਤੇ ਬੜਾ ਦੁੱਖ ਪਾਇਆ। ਜੋ ਬਾਪੂ ਦੇ ਸਿਰ ਤੇ ਮੌਜਾ ਹੈ ਉਹ ਹੋਰ ਕਿਤੇ ਨਹੀਂ। ਬਾਪੂ ਚਲਾ ਜਾਏ, ਪਿਤਾ ਚਲਾ ਜਾਏ ਤੇ ਸਾਡੇ ਦੇਸ਼ ਵਿੱਚ ਕਹਿੰਦੇ ਨੇ ਇਹ ਬਾਲਕ ਇਹ ਬੱਚਾ ਤੇ ਯਤੀਮ ਹੋ ਗਿਆ। ਯਤੀਮ ਕਹਿੰਦੇ ਨੇ ਇਹ ਯਤੀਮ ਹੋ ਗਿਆ। ਹੁਣ ਬਾਪ ਚਲਾ ਗਿਆ, ਹੁਣ ਮਾਂ ਨੇ ਕਮਰ ਤਸਾ ਕੀਤਾ। ਸਾਰੇ ਰਿਸ਼ਤੇ ਨੇ, ਮਾਂ ਹਰ ਰਿਸ਼ਤੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਲੈਂਦੀ ਹੈ। ਪਤੀ ਚਲਾ ਜਾਏ, ਮਾਂ ਦਾ ਫਰਜ਼ ਵੀ ਮਾਂ ਅਦਾ ਕਰਦੀ ਹੈ ਤੇ ਆਪਣੇ ਪਤੀ ਦਾ ਬਾਪੂ ਦਾ ਪਿਆਰ ਵੀ ਦਿੰਦੀ ਹੈ। ਸਾਰਿਆਂ ਰਿਸ਼ਤਿਆਂ ਵਿੱਚ ਸਿੱਟ ਹੋ ਜਾਂਦੀ ਹੈ। ਹਰ ਇੱਕ ਰਿਸ਼ਤੇ ਦੇ ਉੱਤੇ ਮਾਂ ਕੰਮ ਕਰ ਸਕਦੀ ਹੈ, ਉਹ ਘਾਟ ਪੂਰੀ ਕਰ ਸਕਦੀ ਹੈ ਮਾਂ, ਪਰ ਮਾਫ ਕਰਨਾ ਮਾਂ ਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ। ਮਾਂ ਦੀ ਘਾਟ ਨਹੀਂ ਕਰ ਸਕਦਾ। ਮਾਂ ਤੋਂ ਨਿਕਲਦੀ ਹੈ ਮਾਸੀ, ਮਾਂ ਦੇ ਮਾਂ ਤੋਂ ਹੀ ਬਣੀ ਹੈ ਨਾ ਮਾਸੀ, ਪਰ ਮਾਸੀ ਵੀ ਮਾਂ ਦਾ ਦਰਜਾ ਮਾਂ ਦਾ ਖਿਤਾਬ ਨਹੀਂ ਲੈ ਸਕਦੀ। ਹੁਣ ਮਾਂ ਨੇ ਯਤਨ ਕੀਤਾ ਤੇ ਕਹਿੰਦੇ ਛੋਟੀ ਜੀ 5 ਕੁ ਸਾਲ ਦੀ ਉਮਰ ਸੀ ਜਦੋਂ ਬਾਪੂ ਚੜ੍ਹਾਈ ਕੀਤਾ। ਤਾਂ ਹੁਣ ਮਾਂ ਨੇ ਸੋਚਿਆ ਗੁਜ਼ਾਰਾ ਤੇ ਕਰਨਾ, ਕਿੱਦਾਂ ਹੋਏ ਗੁਜ਼ਾਰਾ, ਗੁਜ਼ਾਰਾ ਤੇ ਕਰਨਾ ਕਿੱਦਾਂ ਗੁਜ਼ਾਰਾ ਹੋਏ ਤੇ ਕਹਿੰਦੇ ਫਿਰ ਘੁੰਗਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਘੁੰਗਣੀਆਂ ਬਣਾਈਆਂ, ਬਣਾ ਦੇਣੀਆਂ, ਭਾਈ ਜੇਠੇ ਨੂੰ ਦੇ ਜਾਣੀਆਂ। 5-7-8 ਸਾਲ ਦੀ ਉਮਰ ਹੋ ਗਈ ਹੈ, ਉਹ ਬਾਲਕ ਹੈ ਜਿਹੜਾ ਘੁੰਗੀਆਂ ਵੇਚਣ ਜਾਂਦਾ ਹੈ, ਬਾਹਰ ਜਾਂਦਾ ਹੈ। ਪੈਰਾਂ ਚ ਜੋੜਾ ਨਹੀਂ, ਤਨ ਤੇ ਸੋਹਣਾ ਕੱਪੜਾ ਨਹੀਂ। ਖੇਡਣ ਦੀ ਉਮਰ ਹੁੰਦੀ ਹੈ, ਮੌਜ ਮਸਤੀ ਦੀ ਉਮਰ ਹੁੰਦੀ ਹੈ, ਪਰ ਬਾਪੂ ਦੇ ਜਾਨ ਨੇ ਯਤੀਮ ਬਣਾ ਦਿੱਤਾ। ਯਤੀਮ ਹੀ ਨਹੀਂ ਬਣਾਇਆ, ਗਲੀਆਂ ਦੇ ਵਿੱਚ ਘੁੰਗਣੀਆਂ ਵੇਚਣ ਲਈ ਮਜਬੂਰ ਕਰ ਦਿੱਤਾ। ਘੁੰਗਣੀਆਂ ਵੇਚਦਾ, ਪੈਸਾ 2 ਪੈਸੇ ਲੈ ਆਉਂਦਾ, ਗੁਜ਼ਾਰਾ ਹੁੰਦਾ। ਇੱਕ ਦਿਨ ਬਾਹਰ ਕੋਈ ਫਕੀਰ ਮਿਲ ਗਿਆ, ਉਹ ਕਹਿਣ ਲੱਗਿਆ ਇਹ ਬਾਲਕ ਬੜੀ ਭੁੱਖ ਲੱਗੀ ਹੈ ਤੇ ਤੇਰੇ ਕੋਲ ਘੁੰਗਣੀਆਂ ਤੇ ਮੈਨੂੰ ਛਕਾ ਸਕਦਾ? ਹਾਂ ਬਾਬਾ ਮੈਂ ਛਕਾ ਸਕਦਾ ਤੁਹਾਨੂੰ। ਅੱਛਾ ਮੇਰੇ ਕੋਲ ਪੈਸਾ ਨਹੀਂ ਕੋਈ, ਮੇਰੇ ਕੋਲ ਦਮੜਾ ਨਹੀਂ ਕੋਈ, ਮੈਂ ਏਦਾਂ ਹੀ ਛਕਣੀ ਹੈ? ਕੋਈ ਗੱਲ ਨਹੀਂ, ਤੁਸੀਂ ਛਕੋ। ਇੱਕ ਉਂਜਲ ਭਰਿਆ, ਉਸ ਫਕੀਰ ਦੀ ਝੋਲੀ ਚ ਪਾ ਦਿੱਤਾ। ਫਕੀਰ ਨੇ ਛਕਿਆ, ਕਹਿੰਦੇ ਬਹੁਤ ਸਵਾਦ, ਵੈਰੀ ਟੈਸਟੀ, ਬਹੁਤ ਟੈਸਟੀ ਹੈ, ਤੇ ਮੈਨੂੰ ਹੋਰ ਮਿਲ ਸਕਦੀ ਹੈ? ਉਹਨਾਂ ਨੇ ਹੋਰ ਇੱਕ ਉਂਜਲ ਭਰਿਆ। ਹੋਰ ਛਕਦਿਆਂ ਛਕਦਿਆਂ ਉਹ ਫਕੀਰ ਘੁੰਗਣੀਆਂ ਦਾ ਪੂਰਾ ਛਾਬਾ ਹੀ ਛਕ ਗਿਆ। ਤੇ ਜਾਂਦਾ ਜਾਂਦਾ ਫਿਰ ਕੀ ਕਹਿ ਗਿਆ ਫਕੀਰ, ਹੁਣ ਕੀ ਪਤਾ ਕਿਹੜੇ ਰੂਪ ਵਿੱਚ ਆਉਂਦਾ। ਹਰ ਰੂਪ ਵਿੱਚ ਰੱਬ ਆਉਂਦਾ, ਪਰਮੇਸ਼ਰ ਆਉਂਦਾ। ਕੋਈ ਵੀ ਸਮਾਗਮ ਕਰਦੇ ਹਾਂ, ਪ੍ਰੋਗਰਾਮ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਸਭ ਕਰਦੇ ਹਾਂ, ਅਗਰ ਸ਼ਰਧਾ ਨਾ ਭਾਵਨਾ ਨਾ ਤੁਸੀਂ ਰੱਖਿਆ ਤੇ ਕਿਸੇ ਦੇ ਰੂਪ ਵਿੱਚ ਸਤਿਗੁਰ ਪਾਤਸ਼ਾਹ ਹਾਜ਼ਰੀ ਜ਼ਰੂਰ ਲਵਾਉਂਦੇ ਨੇ ਕਿਸੇ ਦੇ ਰੂਪ ਵਿੱਚ। ਇਸੇ ਕਰਕੇ ਭਗਤ ਨਾਮਦੇਵ ਜੀਆਂ ਨੇ 72 ਰੂਪਾਂ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕੀਤੇ ਹੈ। ਕੁੱਕਰ ਦੇ ਰੂਪ ਵਿੱਚ ਵੀ ਦੇਖਿਆ ਉਹਨਾਂ ਨੇ, 72 ਰੂਪਾਂ ਦੇ ਵਿੱਚ ਪਰਮੇਸ਼ਰ ਨੂੰ, ਰੱਬ ਨੂੰ ਵੇਖਿਆ। ਆਉਂਦਾ ਜ਼ਰੂਰ ਹੈ, ਹੁਣ ਪਤਾ ਨਹੀਂ ਕਿਹੜੇ ਰੂਪ ਵਿੱਚ ਆ ਗਿਆ। ਕਹਿਣ ਲੱਗਿਆ ਐ ਬਾਲਕ, ਅੱਜ ਤੇ ਪੈਰਾਂ ਤੋਂ ਨੰਗਾ, ਤਨ ਤੇ ਕੱਪੜਾ ਨਹੀਂ, ਹੱਸਣ ਕੁੱਦਣ ਦੇ ਤੇਰੇ ਦਿਨ ਨੇ, ਗਲੀਆਂ ਵਿੱਚ ਰੁਲਦਾ ਫਿਰਦਾ, ਗਲੀਆਂ ਦੇ ਕੱਖਾਂ ਵਾਂਗੂ ਘੁੰਗਣੀਆਂ ਵੇਚਦਾ, ਪਰ ਇੱਕ ਸਮਾਂ ਆਏਗਾ ਤੇਰੇ ਸੀਸ ਤੇ ਛਤਰ ਝੂਲੇਗਾ, ਇੱਕ ਸਮਾਂ ਆਏਗਾ ਤੇਰੇ ਦਰ ਤੇ ਭੁੱਖੇ ਆਇਆ ਕਰਨਗੇ, ਹਜ਼ਾਰਾਂ ਲੱਖਾਂ ਲੋਕ ਆਇਆ ਕਰਨਗੇ, ਤੇ ਰੱਜ ਰੱਜ ਕੇ ਜਾਇਆ ਕਰਨਗੇ। ਇੱਕ ਸਮਾਂ ਆਏਗਾ ਤੇਰੇ ਦਰ ਤੇ ਲੱਖਾਂ ਹਜ਼ਾਰਾਂ ਲੋਕ ਆਇਆ ਕਰਨਗੇ, ਤੇ ਰੱਜ ਰੱਜ ਕੇ ਜਾਇਆ ਕਰਨਗੇ। ਜਦੋਂ ਘਰ ਆਏ ਤੇ ਮਾਂ ਪੁੱਛਦੀ ਹੈ, ਪੁੱਤਰ ਅੱਜ ਕੀ ਕਮਾ ਕੇ ਲਿਆਂਦਾ ਹੈ? ਤੇ ਕਹਿਣ ਲੱਗੇ ਮਾਂ, ਅੱਜ ਮੈਂ ਕੁਛ ਕਮਾ ਕੇ ਨਹੀਂ ਲਿਆਇਆ, ਮੈਂ ਅੱਜ ਕਮਾ ਕੇ ਨਹੀਂ ਲਿਆਇਆ, ਮੈਂ ਅੱਜ ਪੂਰੀਆਂ ਘੁੰਗੜੀਆਂ ਇੱਕ ਫਕੀਰ ਨੂੰ ਛਕਾ ਦਿੱਤੀਆਂ।
ਤੇ ਮਾਂ ਨੇ ਝਿੜਕਾਂ ਵੀ ਪਾਈਆਂ ਕਿ ਤੈਨੂੰ ਪਤਾ ਨਹੀਂ ਸਾਡਾ ਸਹਾਰਾ ਕੋਈ ਨਹੀਂ, ਪੈਸਾ ਦੋ ਪੈਸੇ ਕਮਾਉਂਦੇ ਆ ਤੇ ਸਾਡਾ ਗੁਜ਼ਾਰਾ ਚੱਲਦਾ ਤੇ ਤੂੰ ਸਾਰੀ ਦੀਆਂ ਸਾਰੀਆਂ ਘੁੰਗੜੀਆਂ ਫਕੀਰ ਨੂੰ ਛਕਾ ਦਿੱਤੀਆਂ। ਹਾਂ ਮਾਂ, ਉਹਨੂੰ ਭੁੱਖ ਲੱਗੀ ਸੀ ਤੇ ਉਹ ਫਕੀਰ ਨੇ ਮੈਨੂੰ ਬਚਨ ਕੀਤਾ ਸੀ ਕਿ ਅੱਜ ਤੇ ਤੂੰ ਤੇਰੇ ਖੇਡਣ ਕੁੱਦਣ ਦੇ ਦਿਨ ਨੇ, ਅੱਜ ਤੇ ਤੂੰ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਦਾ ਫਿਰਦਾ ਹੈ, ਤਨ ਤੇ ਸੋਹਣਾ ਕੱਪੜਾ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਪਰ ਇਹ ਬਾਲਕ ਇੱਕ ਸਮਾਂ ਆਏਗਾ, ਇੱਕ ਸਮਾਂ ਆਏਗਾ ਤੇਰੇ ਸੀਸ ਤੇ ਛਤਰ ਝੂਲੇਗਾ, ਚੌਰ ਝੂਲੇਗੀ, ਸਮਾਂ ਆਏਗਾ। ਪਰ ਮਾਂ ਨੇ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ। ਸਮਾਂ ਲੰਘਦਾ ਗਿਆ, ਫਿਰ ਸਮੇਂ ਨੂੰ ਕੁਛ ਹੋਰ ਮਨਜ਼ੂਰ ਸੀ। ਸਾਧ ਸੰਗਤ ਮਾਂ ਦਇਆ ਕੌਰ ਦੇ ਸਰੀਰ ਨੂੰ ਵੀ ਰੋਗ ਨੇ ਪੀੜਿਤ ਕੀਤਾ। ਰੋਗ ਨਾਲ ਜੂਝਦੀ ਜੂਝਦੀ ਮਾਂ ਜੋ ਪਿਤਾ ਦਾ ਰੂਪ ਹੋ ਕੇ ਤੁਰੀ ਸੀ, ਅੱਜ ਇਹ ਮਾਂ ਵੀ ਭਾਈ ਜੇਠੇ ਨੂੰ ਅਲਵਿਦਾ ਕਹਿ ਗਈ। ਜਦੋਂ ਅਲਵਿਦਾ ਕਹਿ ਗਈ, ਬਸ ਹੁਣ ਤੇ ਹਾਲਤ ਹੀ ਐਸੀ ਬਣ ਗਈ, ਕੌਣ ਸਹਾਰਾ ਦੇ, ਕੌਣ ਸਾਧ ਸੰਗਤ। ਇੱਕ ਬਾਲਕ ਸੀ, ਉਹ ਸਕੂਲ ਜਾਂਦਾ, ਸਕੂਲ ਜਾਂਦਾ ਤੇ ਉਹਦੀ ਟੀਚਰ ਮੈਡਮ ਝਿੜਕਾਂ ਪਾਉਂਦੀ ਹੈ, ਕਿਉਂਕਿ ਨਾ ਯੂਨੀਫਾਰਮ ਠੀਕ ਹੁੰਦੀ ਹੈ, ਨਾ ਕੇਸ ਕੀਤੇ ਹੁੰਦੇ, ਨਾ ਪਟਕਾ ਠੀਕ ਹੁੰਦਾ, ਨਾ ਹੋਮਵਰਕ ਹੁੰਦਾ, ਬਟਨ ਟੁੱਟੇ ਹੁੰਦੇ ਨੇ ਔਰ ਬੂਟ ਵੀ ਠੀਕ ਨਹੀਂ ਹੁੰਦੇ, ਤੇ ਮਾਂ ਝਿੜਕਾਂ ਪਾਉਂਦੀ ਹੈ ਕਿ ਤੇਰੀ ਮਾਂ ਕਿੱਦਾਂ ਦੀ ਹੈ, ਨਾ ਤੇਰਾ ਹੋਮਵਰਕ ਦੇਖ ਰਹੀ ਹੈ, ਨਾ ਤੇਰੇ ਲੀੜੇ ਕੱਪੜੇ ਵੇਖਦੀ ਹੈ, ਬਿਲਕੁਲ ਤੇਰੀ ਸੰਭਾਲ ਨਹੀਂ ਕਰਦੀ, ਤੇਰੀ ਮਾਂ ਹੈ ਕਿੱਦਾਂ ਦੀ ਹੈ। ਏਦਾਂ ਦੀਆਂ ਮਾਵਾਂ ਵੀ ਹੁੰਦੀਆਂ ਨੇ, ਆਪਣੇ ਬੱਚੇ ਦੀ ਬਿਲਕੁਲ ਕੇਅਰ ਨਾ ਕਰਨ। ਮਾਵਾਂ ਤੇ ਆਪਾਂ ਵੇਖਦੇ ਹਾਂ, ਮਾਂ ਕਦੇ ਅਲੱਗ ਥਾਲੀ ਚ ਪਾ ਕੇ ਭੋਜਨ ਨਹੀਂ ਛਕਦੀ, ਅਲੱਗ ਥਾਲੀ ਚ ਪਾ ਕੇ ਲੰਗਰ ਨਹੀਂ ਛਕਦੀ। ਬੱਚੇ ਦਾ ਜੂਠਾ ਜੋ ਹੁੰਦਾ ਹੈ ਸਕੂਲ ਜਾਂਦਾ ਛਕਾਉਂਦੀ ਹੈ, ਜਿਹੜਾ ਬਚ ਜਾਂਦਾ ਹੈ ਉਹੀ ਛਕ ਲੈਂਦੀ ਹੈ। ਮਾਵਾਂ ਤੇ ਇੱਦਾਂ ਦੀਆਂ ਹੁੰਦੀਆਂ ਨੇ, ਪਰ ਤੇਰੀ ਮਾਂ ਬਿਲਕੁਲ ਖਿਆਲ ਨਹੀਂ ਰੱਖਦੀ, ਇੱਦਾਂ ਦੀ ਮਾਂ ਤੇਰੀ। ਸੋ ਸਾਧ ਸੰਗਤ, ਅੱਜ ਉਹ ਬੱਚਾ ਸਕੂਲ ਤੋਂ ਆਇਆ ਤੇ ਘਰ ਨਹੀਂ ਗਿਆ, ਮਾਂ ਦੀ ਕਬਰ ਉੱਤੇ ਚਲਾ ਗਿਆ, ਸ਼ਿਕਾਇਤੀ ਰੂਪ ਵਿੱਚ ਮਾਂ ਦੀ ਕਬਰ ਤੇ ਸੁੱਟ ਕੇ ਥੈਲਾ, ਕਹਿਣ ਲੱਗਿਆ ਮਾਂ ਜੇ ਤੇਰੀ ਨੀਂਦ ਪੂਰੀ ਹੋ ਗਈ ਤੇ ਚੱਲ ਮੇਰੇ ਨਾਲ, ਚੱਲ ਮੇਰੇ ਨਾਲ। ਮਾਵਾਂ ਬਿਨਾਂ ਕਿੱਥੇ ਸਰਦਾ ਹੈ। ਵਾਰ ਅਖੀਰੀ ਮਾਤ ਦੇ ਪੈਰੀ ਹੱਥ ਲਾ ਕੇ ਤੁਰਪੇ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਹੁਣ ਨਾ ਆਉਣਾ ਦਾਦੀਏ, ਤੁਸੀਂ ਬਹੁਤਾ ਟਾਈਮ ਲਾ ਕੇ, ਬਹੁਤਾ ਚਿਰ ਨਾ ਲਾਇਓ, ਥੱਕ ਨਾ ਜਾਈਏ ਅੰਮੀਏ, ਅਸੀਂ ਔਸੀਆਂ ਪਾ ਕੇ। ਤੇ ਮਾਂ ਫਿਰ ਕਹਿੰਦੀ ਹੈ, ਚੱਲੋ ਮੇਰੇ ਹੀਰਿਓ ਮੈਂ ਮੰਗਰੇ ਆਵਾਂ, ਚੱਲੋ ਮੇਰੇ ਹੀਰਿਓ ਮੈਂ ਮੰਗਰੇ ਆਵਾਂ। ਪੁੱਤਾਂ ਬਾਜੋਂ ਜਿਉਂਦੀਆਂ ਕਦੇ ਸੁਣੀਆਂ ਮਾਵਾਂ, ਪੁੱਤਾਂ ਤੋਂ ਬਿਨਾਂ ਕਿੱਥੇ ਮਾਵਾਂ ਜਿਉਂਦੀਆਂ ਨੇ, ਚੱਲੋ ਮੈਂ ਤੁਹਾਡੇ ਮੰਗਰੇ ਆਵਾਂ। ਸੋ ਸਾਧ ਸੰਗਤ, ਕਿੱਥੇ ਸਰਦਾ ਪੁੱਤਾਂ ਦੁਆਰੇ ਰਾਮਕਾਰ, ਮਾਵਾਂ ਦੀਆਂ ਬਾਹਾਂ, ਮਾਵਾਂ ਦੀਆਂ ਬਾਹਾਂ। ਸੋ ਉਹਨੇ ਸ਼ਿਕਾਇਤੀ ਰੂਪ ਚ ਕਿਹਾ, ਮਾਂ ਜੇ ਤੇਰੀ ਨੀਂਦ ਪੂਰੀ ਹੋ ਗਈ ਤੇ ਚੱਲ ਮੇਰੇ ਨਾਲ ਚੱਲ। ਉਹ ਰੁਲਦੇ ਫਿਰਦੇ ਨੂੰ ਮੈਨੂੰ ਕੋਈ ਨਹੀਂ ਪੁੱਛਦਾ, ਨਾ ਮੇਰੇ ਕੰਘੀ ਕਰਦਾ, ਨਾ ਮੇਰੇ ਕੋਈ ਕੱਪੜੇ ਵੇਖਦਾ, ਨਾ ਮੇਰਾ ਹੋਮਵਰਕ ਕੋਈ ਵੇਖਦਾ, ਮੈਂ ਤੇ ਰੁਲਦਾ ਫਿਰਦਾ ਜਿਹਨੂੰ ਇਉਂ ਕਿਹਾ, ਮਾਪਿਆਂ ਦੇ ਬਿਨਾਂ, ਬਾਪੂ ਤੋਂ ਬਿਨਾਂ ਤੇ ਬੱਚਿਆਂ ਦਾ ਜਿਉਣਾ ਸੰਸਾਰ ਤੇ। ਉਹ ਟੁਕੜੇ ਖੋਲੇ ਕਾਵਾਂ ਨੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ। ਬੋਲੋ ਖੋਲੇ, ਖੋਲੇ
ਤੁਰ ਗਏ ਜਿਨ੍ਹਾਂ ਦੇ ਮਾਪੇ, 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 ਟੁਕੜੇ ਖੋਲੇ ਕਾਵਾਂ ਨੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਬੋਲੋ ਖੋਲੇ ਕਾਵਾਂ ਨੇ, ਜਗ ਤੋਂ ਤੁਰ ਗਏ ਜਿਨ੍ਹਾਂ ਦੇ ਮਾਪੇ, ਉਹਨਾਂ ਦੇ ਹੱਥਾਂ ਚ ਕਾਵਾਂ ਨੇ ਟੁੱਕਰ ਖੋਲੇ, ਹੁਣ ਬਿਲਕੁਲ ਅਨਾਥ ਹੋ ਗਏ ਨੇ, ਕੋਈ ਨਹੀਂ ਸਹਾਰਾ। ਨਾਨੀ ਆਪਣੇ ਨਾਲ ਭਾਈ ਜੇਠਾ ਜੀ ਨੂੰ ਵਸਰ ਕੇ ਲੈ ਆਏ ਨੇ, ਇੱਥੇ ਆ ਕੇ ਹੁਣ ਕੋਈ ਸਹਾਰਾ ਨਹੀਂ, ਕੋਈ ਸਾਥ ਨਹੀਂ। ਕਾਗਰਤਾ ਬਣਾਓ, ਕਾਗਰਤਾ ਬਣਾਓ, ਬੋਲੋ ਨਾ। ਇਹ ਕਾਕੇ ਵਾਰ ਵਾਰ ਭੱਜੇ ਫਿਰਦੇ ਨੇ, ਕੀ ਪ੍ਰੋਬਲਮ ਹੈ ਇਹਨਾਂ, ਕੀ ਗੱਲ ਹੈ, ਕਦੇ ਅੰਦਰ ਕਦੇ ਬਾਹਰ, ਕਦੇ ਅੰਦਰ ਕਦੇ। ਏਦਾਂ ਦੇ ਬੰਦੇ ਰੱਖੇ ਤੁਸੀਂ, ਏਦਾਂ ਦੇ ਆਕੜ ਖੰਨੇ ਰੱਖੇ ਨੇ, ਸਾਊਂਡ ਬਾਹਰ ਲਾ ਦਿਆ ਕਰੋ ਨਾਲ ਨਾ, ਬਾਹਰਲੇ ਪਾਸੇ ਅੱਗੇ ਤੋਂ ਕੱਲ੍ਹ ਤੋਂ ਬਾਹਰ ਤੋਂ ਸਪਲਾਈ ਦੇ ਦਿਆ ਕਰੋ, ਅੰਦਰ ਨਹੀਂ ਠੀਕ। ਇਕਾਗਰਤਾ ਬੜੀ ਔਖੀ ਬਣਦੀ ਹੈ, ਬਹੁਤ ਔਖੀ, ਮਨ ਨੂੰ ਟਿਕਾਉਣਾ ਬੜਾ ਔਖਾ ਹੈ। ਏਦਾਂ ਦੇ ਸਰੀਰ ਵਾਰ ਵਾਰ ਭੰਗ ਕਰੀ ਜਾਣ, ਇਕਾਗਰਤਾ ਸਮਾਂ ਬੜਾ ਬੰਨਿਆ ਹੋਇਆ ਹੈ, ਸਮੇਂ ਤੋਂ ਲਾਹਾ ਲੈਣਾ ਹੈ। ਇਹ ਲੋਕ ਕੀ ਕਰਦੇ ਨੇ, ਠੀਕ ਨਹੀਂ, ਸਮੇਂ ਨੂੰ ਖਰਾਬ ਕਰ ਰਹੇ ਨੇ। ਦਰਗਾਹੀ ਆਨੰਦ ਹੈ, ਇਲਾਹੀ ਆਨੰਦ ਹੈ, ਇਹ ਵਿੱਚ ਰੰਗਣ ਵਿੱਚ ਭੰਗਣ ਪਾ ਦਿੰਦੇ ਨੇ, ਕਿੰਨਾ ਜ਼ੋਰ ਲੱਗਦਾ। ਇਹ ਕੀ ਜਾਣਨ ਬਈ, ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਕੀ ਹੁੰਦਾ, ਇਹ ਆਨੰਦ ਕੀ ਹੈ ਕੀ ਪਤਾ ਕਿਸੇ ਨੂੰ, ਮਨਮੁੱਖ ਨਹੀਂ ਜਾਣਦਾ। ਇਕਾਗਰਤਾ ਬਣਾਓ, ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਹੁਣ ਇਕਾਗਰਤਾ ਬਣਾਓ, ਇਕਾਗਰਤਾ ਬਣਾਓ, ਇਕਾਗਰਤਾ ਬਣਾਓ। ਹੁਣ ਭਾਈ ਜੇਠੇ ਨੂੰ ਸੁਣਿਓ ਜਰਾ, ਭਾਈ ਜੇਠੇ ਨੂੰ ਨਾਨੀ ਮਾਂ ਆਪਣੇ ਪਿੰਡ ਵਸਰ ਕੇ ਲੈ ਆਈ ਹੈ। ਉੱਥੇ ਕਿਸੇ ਨੇ ਨਹੀਂ ਪੁੱਛਿਆ, ਉੱਥੇ ਨਹੀਂ ਕਿਸੇ ਨੇ ਪੁੱਛਿਆ, ਲਾਹੌਰ ਦੇ ਵਿੱਚ ਚਾਚੇ ਤਾਏ ਵੀ ਸਨ, ਕਿਸੇ ਨੇ ਨਹੀਂ ਪੁੱਛਿਆ, ਕਿਸੇ ਨੇ ਸਹਾਇਤਾ ਨਹੀਂ ਕੀਤੀ, ਕਿਸੇ ਨੇ ਹੈਲਪ ਨਹੀਂ ਕੀਤੀ। ਮਾਂ ਬਾਪ ਨੂੰ ਫਿਕਰ ਹੁੰਦਾ ਹੈ, ਆਪ ਭੁੱਖੇ ਦੇ ਕੇ ਪਾਲਦੇ ਨੇ, ਪਰ ਚਾਚੇ ਤਾਏ ਕੋਈ ਕਿਸੇ ਨੂੰ ਪੁੱਛਦਾ ਨਹੀਂ, ਕੋਈ ਸਹਾਰਾ ਨਹੀਂ ਬਣਦਾ।
सब साथ छड़ जाने हैं। जां को मुश्किल अत बने तो ही कोई ना दे लागू हुए दुश्मन साक पी पज खले सबो पजे आसरा टूटे सब असराओ सारे आसरे टूट जाते हैं। गरीब देख के कमजोर देख के कोई नाल नहीं खड़ता सारे साथ छड़ जाते हैं। ते जदो कोई सहारा ना ना होवे जदो कोई साथी ना होवे सारे साथ छड़ देन ते सियानफ एदे विच हुंदी है गुरु नानक दा धर्म लो इत्थे धर्म लो फिर कृपा हो जाती बाकी कोई नहीं साथ दिंदा। ए डर एहो जे कोई आ जे ना देखी जाती है गरीबी ना संगी साथी ना सहारा कुछ नहीं वेख्या जाता कुछ नहीं वेख्या जाता बस तू अपना बर्तन बना लै भांडा बना लै तेरे च निम्रता होवे ए डर कदे नहीं मोड़ेगा। जो शरण आवे तिसकंठ लावे ए बिरध स्वामी छंदा इउं भी पढ़ते होंगे है पढ़े उपरे ओ जीदा होवे ना जगत विच कोई गुरां दे द्वारे आ जावे जीदा होवे ना जगत विच कोई गुरां दे द्वारे आ जावे कोई ना होवे आ दर ते आ जावे। हुण भाई जेठा जी वासर के नगर विच निवास रखे है बेचारा ऐ बैठा रहिंदा पत्थर ते कोई नहीं पुछदा कोई साथी नहीं कोई मित्र नहीं सोच है बेसहारा हो गया कोई सहारा नहीं टेक ही कोई इत्थों कहिंदे उन्हां समयां च तीसरे गुरु नानक गुरु अमरदास महाराज बौली साहब की सेवा गोइंदवाल साहब विच करा रहे हैं। संगत जा रही है सेवा करन वास्ते ते इन्हां दे नाल भाई जेठा जी भी तुर पए ने नानी भी गई है सेवा करन संगत जांदी है ये भी नाल तुर पए ने। हुण इत्थे जा के संगत ने सेवा कीती कोई शामी आ गया कोई सवेरे आ गया आ गए पर भाई जेठा जी मन लिया मना तेरा है ही कौन दुनिया ते किदे आसरे जीना है तू ते क्यों ना होवे आ दर ते ही सेवा आरंभ कर दईए टोकरी चुक ली बस फिर टोकरी नहीं छड़ी सेवा विच जुट गए पिछे परत के वेख्या नहीं ते ओ सेवा ने ऐसी कृपा की ऐसी बख्शिश की। एक दिन बैठे ने सतगुरु गुरु अमरदास महाराज और गुरु के महल माता ने कहना किया गरीब नवाज अपनी बच्ची बीबी पानी वर योग हो गई है ते इन्हां वास्ते कोई सोहना घर लभीए कोई वर लभीए ते बच्ची नूं अपने घर तोरीए शादी कर दीए। सतगुरु कहने लगे भागवान ने सतगुरु जी वधाता वाहेगुरु परमात्मा ने वधाता ने लेख लिखे हुए ने तू फिक्र ना कर ते फिर भी पुछया भी किदां दा वर होना चाहिए किदां दा घर होना चाहिए ते मां कहन लगी उधरों भाई जेठा जी टोकरी चुकी आउंदे ने टोकरी चुकी जदों आउंदे ने ते मां ने हथ उलार के कहा कहिंदी बिलकुल इदां दा होना चाहिए आ सोहना नौजवान इदां दा बालक होना चाहिए। सतगुरु कहन लगे भागवान ने इहदे वर्गा फिर होर नहीं इह ते फिर इही है। कोल बुलाया पुछे काका तेरा की नाम है कहिंदे जी मेरा नाम जेठा है तेरी मां तेरा पिता जदों माता ते पिता दा नाम लिया ते भाई जेठा जी दी नेत्रां दे विचों अखियां दे विचों नीर वग जुड़िया क्योंकि है ही कोई नहीं ना मां ना बाप कोई नहीं यतीम लवार सनाथ कोई नहीं मेरा
सच्चे पातशाह पहला किते नहीं रोए सी, दिल करड़ा हो गया, अद हाथ भी जुड़ गए ने, नेत्रां चो नीर भी वग तुरिया है, ते इको ही बेनती की गरीब नवाज ओ मैनू रोल दे फिर दे नू, रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, दे फिर दे नू, सतगुर अपने चरनी ला लो, मैनू रोल दे गाज के मैनू रोल दे, मैनू रोल दे, मैनू रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, बोलो रोल दे, सारियां भैणां बाहर बैठियां भी बोलो, सारे करो बेनती, अपने चरनी ला लो, 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 चरनी ला लो, अपने चरनी ला लो, रोल दे फिर दे नू, सतगुर अपने चरनी ला लो, मैनू रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, रोल दे फिर दे नू, सतगुर अपने चरनी ला लो, बेनती कीती गरीब नवास, मैं यतीम हाँ, कोई मेरा सहारा नहीं, मैनू अपने चरणा विच रख लो, इत्थे मैं बेनती करके समाप्ति करां। सतगुरु जी ने ना घर वेखे, ना जायदाद जमीन वेखी है, कुछ नहीं वेखिया, कुछ भी नहीं वेखिया, दृष्टि हुंदी है, दृष्टि गुण होने चाहिए, गुण वेखो, सिखी वेखो, जिहड़ी वेखण वाली है वह वेखो। असीं की वेखदे हां जिहड़ा गुरसिख, पहलां तो आपां कहिंदे हां कि आग्या गुरु साहब तो लैंदा है, क्यों एक सूरत है एक सीरत है, सूरत सीरत तन है मन है, एक चित्र है एक गुप्त चित्र है, एक चित्र है एक गुप्त चित्र है, गुप्त अंदर का चित्र आ चित्र सारिया नूं वेखदा चेहरा, पर कई बारी वेखदे आप बहुत समा मित्रता विच लंघ जांदा है, पर मित्र असल चेहरा अपना नहीं विखाउंदा। सूरत आपां वेख लैने, सीरत की पता किदां दी है भाई, पर अंदरली सीरत है जिहड़ी
ਉਹ ਸਤਿਗੁਰੂ ਜਾਣਦੇ ਨੇ। ਸੋ ਆਓ ਫਿਰ ਐਸਾ ਸੇਵਾ ਦੇ ਵਿੱਚੋਂ ਐਸੀ ਕਿਰਪਾ ਹੋਈ, ਅਖੀਰ ਵਿੱਚ ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਬਣਨ ਦਾ ਸੁਭਾਗ ਮਿਲਿਆ। ਅੱਜ ਸਤਿਗੁਰੂ ਜੀ ਆਸਣ ਤੇ ਬੈਠੇ ਨੇ ਤੇ ਮਾਂ ਨੂੰ ਯਾਦ ਕੀਤਾ, ਕਹਿੰਦੇ ਮਾਂ ਇਹ ਮੈਂ ਫਕੀਰ ਨੂੰ ਨਾ ਘੁੰਗਣੀਆਂ ਛਕਾਈਆਂ ਸੀ ਤੇ ਵਰ ਦਿੱਤਾ ਸੀ ਵੀ ਕੋਈ ਸਮਾਂ ਆਏਗਾ ਤੇਰੇ ਸੀਸ ਤੇ ਚੌਰ ਝੂਲੇਗਾ, ਤੇਰੇ ਦਰ ਤੇ ਲੱਖਾਂ ਹਜ਼ਾਰਾਂ ਲੋਕ, ਲੱਖਾਂ ਹਜ਼ਾਰਾਂ ਤੇ ਵੀ ਸ਼ਾਇਦ ਗਿਣਤੀ ਘੱਟ ਕਹਿ ਰਿਹਾ, ਪਤਾ ਹੀ ਕੋਈ ਨਹੀਂ ਕਿੰਨੇ ਕਿੰਨੇ ਕੁ ਸੰਗਤ ਉੱਥੇ ਆਉਂਦੀ, ਗਿਣਤੀ ਹੈ ਕੋਈ? ਪਤਾ ਹੀ ਕੋਈ ਨਹੀਂ ਕਿੰਨੀ ਸੰਗਤ ਉੱਥੇ ਆਉਂਦੀ ਹੈ, ਕੋਈ ਗਿਣਤੀ ਨਹੀਂ ਅੱਜ, ਕੋਈ ਗਿਣਤੀ। ਕਿਹਾ ਮੈਂ ਇੱਕ ਸਮਾਂ ਆਏਗਾ, ਵਚਨ ਕੀਤਾ ਸੀ ਕਿ ਅੱਜ ਤੇ ਤੂੰ ਗਲੀਆਂ ਚ ਘੁੰਗਣੀਆਂ ਵੇਚਦਾ ਫਿਰਦਾ, ਪੈਰਾਂ ਤੋਂ ਨੰਗਾ, ਤਨ ਤੇ ਕੱਪੜੇ ਨਹੀਂ, ਇੱਕ ਸਮਾਂ ਆਏਗਾ ਤੇਰੇ ਦਰ ਤੇ ਲੱਖਾਂ ਤੇ ਹਜ਼ਾਰਾਂ ਲੋਕ ਆਇਆ ਕਰਨਗੇ ਤੇ ਰੱਜ ਰੱਜ ਕੇ ਜਾਇਆ ਕਰਨਗੇ, ਲੰਗਰ ਚੱਲਿਆ ਕਰਨਗੇ। ਸੋ ਅੱਜ ਉਹ ਬਰਕਤਾਂ, ਪਰ ਮਾਂ ਅੱਜ ਉਹ ਫਕੀਰ ਦਾ ਬਚਨ ਸੱਤ ਹੋ ਗਿਆ, ਪਰ ਜੇ ਤੂੰ ਹੁੰਦੀ ਤੇ ਵੇਖਦੀ ਅੱਜ ਤੇਰਾ ਲਾਲ ਕਿੱਥੇ ਪਹੁੰਚ ਗਿਆ, ਤੇਰਾ ਲਾਲ ਕਿੱਥੇ ਪਹੁੰਚ ਗਿਆ। ਸੋ ਇਹ ਨਿਮਾਣੇਪਣ ਦੀ ਨਿਸ਼ਾਨੀ ਹੈ, ਕੋਈ ਗਰੀਬ ਬਣ ਕੇ ਆਏ ਤੇ ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ। ਉਹ ਜੋ ਯਤੀਮ ਸੀ, ਜੋ ਬਿਲਕੁਲ ਅਨਾਥ ਸੀ, ਕੋਈ ਸਹਾਰਾ ਨਹੀਂ ਸੀ, ਅੱਜ ਦੇਖੋ ਕਿੰਨਿਆਂ ਦੇ ਸਹਾਰੇ ਮੇਰੇ ਸਤਿਗੁਰੂ ਬਣ ਰਹੇ ਨੇ, ਕਿੰਨਿਆਂ ਨੂੰ ਆਸ਼ੀਰਵਾਦ ਦੇ ਰਹੇ ਨੇ, ਕਿੱਡੀ ਕਿਰਪਾ ਹੋ ਰਹੀ ਹੈ। ਉਹਨਾਂ ਦੇ ਪ੍ਰਕਾਸ਼ ਦਿਹਾੜੇ ਆਪਾਂ ਸਾਰੇ ਮਨਾ ਰਹੇ ਹਾਂ। ਪ੍ਰਬੰਧਕ ਸੱਜਣਾਂ ਨੇ ਸੋਹਣਾ ਉਪਰਾਲਾ ਕੀਤਾ, ਸੋ ਆਓ ਦਾਸ ਤੋਂ ਹੋਈਆਂ ਬੇਅੰਤ ਫੁੱਲਾਂ ਤੋਂ ਖਿਮਾ, ਜੋ ਵੀ ਜਿਨ੍ਹਾਂ ਦੀ ਉਡੀਕ ਸੀ ਉਹ ਜੱਥਾ ਸਾਡੇ ਕੋਲ ਪਹੁੰਚ ਚੁੱਕਿਆ। ਦਾਸ ਇੱਥੇ ਸਮੇਂ ਦੇ ਲਿਹਾਜ਼ ਨਾਲ ਆਪਣੇ ਸ਼ਬਦਾਂ ਨੂੰ ਵਿਸ਼ਰਾਮ ਦਿੰਦਾ, ਭੁੱਲ ਮਾਫ ਕਰਨਾ ਆਪ ਜੀ ਨੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕ ਸੱਜਣਾਂ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੁਟਾਣ ਕੋਟ ਧੰਨਵਾਦ, ਸ਼ੁਕਰ ਉਹਨਾਂ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਬੜਬੁੱਲੀਆਂ ਕੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਨੇ। ਹੋਈਆਂ ਭੁੱਲਾਂ ਤੋਂ ਖਿਮਾ, ਗੱਜ ਕੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ।